ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਜੀਠੀਆ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ, ਇਸ ਗੱਲ ਦਾ ਸਬੂਤ ਦਿੱਤਾ ਹੈ ਇਹ ਵੀਡੀਓ ਨੇ। ਦਰਅਸਲ ਮਜੀਠੀਆ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਆਮ ਆਦਮੀ ਪਾਰਟੀ ਦੇ ਤਿੰਨ ਲੀਡਰਾਂ ਖਿਲਾਫ਼ ਅੰਮ੍ਰਿਤਸਰ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਪਰ ਜਦ ਉਹ ਕੇਸ ਕਰਨ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਤਾਂ ਉਹ ਆਪਣੇ ਤਿੰਨਾਂ ਸਿਆਸੀ ਦੁਸ਼ਮਣਾਂ ਦੇ ਨਾਵਾਂ ਵਿੱਚੋਂ ਇੱਕ ਦਾ ਨਾਮ ਹੀ ਭੁੱਲ ਗਏ। ਮਜੀਠੀਆ ਵੱਲੋਂ ਮੀਡੀਆ ਦੇ ਪੁੱਛੇ ਜਾਣ 'ਤੇ ਉਹਨਾਂ ਨੇ ਕੇਜਰੀਵਾਲ ਅਤੇ ਸੰਜੇ ਸਿੰਘ ਦਾ ਨਾਮ ਤਾਂ ਸਹੀ ਦੱਸ ਦਿੱਤਾ, ਪਰ ਜਦ ਤੀਜੇ ਨਾਮ ਦੀ ਵਾਰੀ ਆਈ ਤਾਂ ਪਹਿਲਾਂ ਉਹ ਆਸ਼ੂਤੋਸ਼ ਕਹਿੰਦੇ ਰਹੇ, ਬਾਅਦ ਵਿੱਚ ਉਹਨਾਂ ਨੇ ਦੁਰਗੇਸ਼ ਪਾਠਕ ਦਾ ਨਾਮ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਉਹਨਾਂ ਦੇ ਮੀਡੀਆ ਸਲਾਹਕਾਰ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਤਾਂ ਉਸ ਵਿੱਚ ਆਸ਼ੀਸ਼ ਖੇਤਾਨ ਦਾ ਨਾਮ ਲਿਖਿਆ ਗਿਆ ਸੀ। ਅਰਵਿੰਦ ਕੇਜਰੀਵਾਲ ਜਿਹੜੇ ਮੁੱਖ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਉਹ ਕਨਵੀਨਰ ਹੈ ਜਿਨ੍ਹਾਂ ਨੇ ਆਪਦੀ ਸਾਰੀ ਰਾਜਨੀਤੀ ਬੇਬੁਨਿਆਦੀ ਝੂਠ ਫਰੇਬ ਧੋਖੇ ਦੀ ਰਾਜਨੀਤੀ 'ਤੇ ਟਿਕਾਈ ਹੈ, ਉਹਦੇ ਖਿਲਾਫ ਅੱਜ ਮੇਰੇ ਅਤੇ ਮੇਰੇ ਪਰਿਵਾਰ ਨੂੰ ਡਿਫੇਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਖਿਲਾਫ਼, ਉਹਨਾਂ ਦੇ ਹੋਰ ਸਹਿਯੋਗੀ ਆ ਉਹਨਾਂ ਦੇ ਖਿਲਾਫ਼ ਅੱਜ ਮੈਂ ਕ੍ਰਿਮੀਨਲ ਡੈਫਾਮੇਸ਼ਨ ਦਾ ਕੇਸ ਇੱਥੇ ਦਰਜ ਕਰਾਇਆ। ਸੰਜੇ ਸਿੰਘ ਅਤੇ ਇੱਕ ਮੈਨੂੰ ਲੱਗਦਾ ਉਹ ਤੀਜਾ ਆਸ਼ੂਤੋਸ਼, ਉਹਦਾ ਪੂਰਾ ਨਾਂ ਆਸ਼ੂਤੋਸ਼ ਹੀ ਹੈ ਜੀ, ਆਸ਼ੂਤੋਸ਼ ਨਹੀਂ ਉਹ ਦੂਜਾ ਦੁਰਗੇਸ਼ ਪਾਠਕ। ਵਿਕਰਮ ਮਜੀਠੀਆ ਆਪਣੇ ਇਹਨਾਂ ਸਿਆਸੀ ਵਿਰੋਧੀਆਂ ਵੱਲੋਂ ਉਹਨਾਂ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਕਿੰਨੇ ਪਰੇਸ਼ਾਨ ਹਨ, ਇਸ ਦਾ ਸਬੂਤ ਅੱਜ ਉਹਨਾਂ ਨੇ ਖੁਦ ਦੇ ਦਿੱਤਾ ਹੈ। ਉਹ ਉਸ ਲੀਡਰ ਦਾ ਨਾਮ ਹੀ ਭੁੱਲ ਬੈਠੇ ਜਿਸ ਖਿਲਾਫ਼ ਉਹ ਅਦਾਲਤ ਵਿੱਚ ਕੇਸ ਦਾਇਰ ਕਰਕੇ ਆਏ ਸਨ। ਅੰਮ੍ਰਿਤਸਰ ਤੋਂ ਸੰਨੀ ਸਹੋਤਾ ਦੇ ਨਾਲ ਧਰਮਵੀਰ ਗਿੱਲ, ਖਬਰ ਹਰਪਲ, ਇੰਡੀਆ ਲਈ।